ਕਲਾ ਵਿੱਚ ਗੱਲ ਸਾਰੀ ਕਹਿ ਗਿਆ ਨੀ ਮੁੰਡਾ ਸਰੀਦਾ ਸੀ ਚੰਦਰਾ। ਸੋ ਇਹ ਗਾਇਸ ਕੀ ਹਾਲ ਚਾਲ ਸਾਡਾ ਫੁੱਲੀ ਸਾਰੇ ਘੈਂਟ ਹੋਵੋਗੇ ਤੇ ਉਹਦੀ ਸਭ ਤੋਂ ਵੱਡੀ ਐਡ ਦ ਬਿਗੈਸਟ ਐਡ ਐਵਰ ਫਲਿੱਪਕਾਰਟ ਵੱਲੋਂ ਪਾਈ ਗਈ ਹੈ। 11 ਘੰਟੇ 55 ਮਿੰਟ ਯਾਨੀ ਕਿ ਆਲਮੋਸਟ 12 ਘੰਟਿਆਂ ਦੀ ਐਡ ਆ ਮੈਨ। ਸੀਰੀਅਸਲੀ ਸੋਚ ਕੇ ਦੇਖੋ ਤੁਸੀਂ ਕੌਣ ਦੇਖੇਗਾ, ਤੁਹਾਡੀ ਗੱਲ ਤਾਂ ਹੈ 12 ਘੰਟੇ ਕੌਣ ਦੇਖੇਗਾ, ਕਿਉਂਕਿ ਆਪਣਾ ਹਿਸਾਬ ਕਿਤਾਬ ਜੋ ਆਪਾਂ ਹੈਗੇ ਹਾਂ, ਠੀਕ ਹੈ, ਆਪਾਂ ਜੈਨ ਜ਼ੀ ਹੈ, ਠੀਕ ਹੈ, ਜਨਰੇਸ਼ਨ ਜ਼ੀ ਕਿਹਾ ਜਾਂਦਾ ਸਾਨੂੰ, ਠੀਕ ਹੈ। ਅਸੀਂ ਬੜੇ ਫਾਸਟ ਅਤੇ ਛੇਤੀ ਛੇਤੀ 2 ਮਿੰਟ 3 ਮਿੰਟ ਮੈਕਸੀਮਮ 5 ਮਿੰਟ 'ਚ ਸਾਨੂੰ ਗੱਲ ਸਮਝਾ ਦਿਓ, ਸਾਨੂੰ ਦੱਸ ਦਿਓ ਕਿ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ, ਕਿਉਂਕਿ ਐਡ ਤੁਹਾਨੂੰ ਇਕੱਲਾ ਇਕੱਲਾ ਪ੍ਰੋਡਕਟ ਦੱਸਣ ਦੀ ਲੋੜ ਨਹੀਂ, ਉਹ ਆਪਾਂ ਔਨਲਾਈਨ ਆਲਰੇਡੀ ਆਪਾਂ ਐਪ ਦੇ ਵਿੱਚ ਜਾ ਕੇ ਫਲਿੱਪਕਾਰਟ ਦੇ ਸਰਚ ਕਰ ਸਕਦੇ ਹਾਂ, ਹੈ ਨਾ। ਸੋ ਦਾ ਇੰਡੀਆਸ ਬਿਗੈਸਟ ਸੇਲ, ਸਮਰ ਸੇਲ ਜਿਹੜੀ ਕਿ ਹੁਣ ਲੱਗੀ ਹੋਈ ਹੈ, ਆਈ ਥਿੰਕ 1-2 ਦਿਨ ਦੀ ਹੈ ਸ਼ਾਇਦ, ਅੱਜ ਜਾਂ ਕੱਲ੍ਹ 'ਚ ਖਤਮ ਹੋ ਜਾਏਗੀ। ਸੋ ਅੱਜ ਇੱਕ ਤਾਂ ਚੈੱਕ ਕਰੀਏ, ਨਾਲੇ ਮੈਂ ਕੁਛ ਪੁਆਇੰਟਸ ਲਿਖ ਕੇ ਰੱਖੇ, ਤੁਹਾਨੂੰ ਦਿਖਾਉਂਦਾ ਮੈਂ ਵੀ ਕਿਆ ਕਿਆ ਹਰਕਤਾਂ ਕਰ ਰਹੇ ਵਿੱਚ, ਠੀਕ ਹੈ, ਫਲਿੱਪਕਾਰਟ ਵਾਲੇ। ਆਹ ਦੇਖੋ ਵਿੱਚ ਤਾਂ ਥੋੜ੍ਹਾ ਹਲਕਾ ਜਿਹਾ ਸਟਾਰਟ ਕਰਦੇ ਕਿ ਕਹਿੰਦੇ ਕਿ ਨੇ ਕਰਨਾ ਹੈ ਤੋ ਸਕਿਪਿੰਗ ਰੋਕ ਲੈ ਲਓ, ਉਹ ਵੀ ਇਸ ਸੇਲ ਪਰ ਮਿਲੇਗੀ। ਹਾਂ 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 ਆਪ ਅਭੀ ਵੀ ਯਹੀ ਹੈ ਆਫਰਸ ਲੇਕਰ ਹੀ ਮਾਨੋ। ਇਹ ਤਾਂ ਮੈਂ ਤੇਜ਼ ਕੀਤੀ ਹੋਈ ਹੈ ਤਾਂ ਤੁਹਾਨੂੰ ਲੱਗ ਰਹੀ ਹੈ, ਤਾਂ ਬਹੁਤ ਵੱਡੀ ਐਡ ਆ ਵੀ। ਆਹ ਦੇਖੋ ਯੇ ਲੋ ਆਫਰਸ, ਉਹ ਵੀਡੀਓ ਨਹੀਂ ਬਣਾ ਰਹੇ, ਇਹ ਕੁਝ ਹੋਰ ਹੀ ਕਰ ਰਹੇ ਆ, ਮਤਲਬ ਇਹਦਾ ਐਡੀਟਰ ਕੌਣ ਦੇ, ਆਈ ਵਾਂਟ ਮੀ ਦ ਐਡੀਟਰ ਆਫ ਫਲਿੱਪਕਾਰਟ। ਬੀਬੀ ਕੀ ਬੀਬੀ ਕੋ ਪਤਾ ਕੈਸੇ ਚਲਾ ਕਿ ਵੋ ਹਿਪਨੋਟਾਈਜ਼ਡ। 1 ਮਿੰਟ, ਇਹ ਜ਼ਿਆਦਾ ਸਲੋ ਕਿ ਨਾਰਮਲ ਸਪੀਡ ਆ ਯਾਰ, ਹੈ ਕਿਉਂਕਿ ਉਸਨੇ ਦੇਖ ਲਿਆ ਕਿ ਰਿਮੋਟ ਟੀਵੀ ਕੋ ਕੰਟਰੋਲ ਕਰ ਰਹਾ ਹੈ। ਕਿਆ ਆ ਮਤਲਬ, ਸੀਰੀਅਸਲੀ ਗਾਇਸ, ਵਾਟ ਆਰ ਯੂ ਡੂਇੰਗ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ, ਖੜ ਦੇ ਕੋਲ ਮੇਰਾ ਫੋਨ ਖੋਲ ਲੈਣ ਦਿਓ, ਫੋਨ ਜਾਂ ਟੀਵੀ ਆਲਸੋ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਤੁਹਾਡਾ ਯੂਟਿਊਬ ਚੱਲਦਾ। ਆ ਦੇਖੋ 1 ਮਿੰਟ, ਆ ਦੇਖ ਆ ਕੀ ਹੈ, ਵਾਈ ਗਾਇਸ ਵਾਈ, ਵਾਟ ਆਰ ਯੂ ਡੂਇੰਗ, ਮਤਲਬ ਇਹ ਕਿੰਨੀ ਦੇਰ ਚੱਲਦਾ ਰਹੇਗਾ, ਦੇਖੋ ਸਮਾਈਲਿੰਗ ਫੇਸ ਦੇ ਅਲੱਗ ਅਲੱਗ ਤਰੀਕੇ ਦੇ, ਸਮਝ ਨਹੀਂ ਆਉਂਦਾ ਯਾਰ। ਚਲੋ ਠੀਕ ਹੈ, ਅੱਗੇ ਚੱਲਦੇ ਹਾਂ, ਕਿੱਥੋਂ ਦਿਖਾਉਣਾ ਮੈਂ, ਆਹ ਦੇਖਿਓ, ਪਹਿਲਾਂ ਤਾਂ ਸਾਊਂਡ ਦੇਖੋ ਤੁਸੀਂ, ਮੈਂ ਇਹਨਾਂ ਨੂੰ ਬਸ ਪੁੱਛਣਾ ਚਾਹੁੰਦਾ ਕਿ ਬਸ ਇੱਕ ਐਡ ਬਣਾਉਣੀ, ਇਹਨਾਂ ਨੇ ਇੱਕ ਗਿਨੀਜ਼ ਵਰਲਡ ਰਿਕਾਰਡ ਬਣਾਉਣਾ ਹੁੰਦਾ ਨਾ, ਜਿਵੇਂ ਉਸ ਤਰੀਕੇ ਦਾ ਵਰਲਡ ਰਿਕਾਰਡ ਬਣਾਉਣ ਦੀ, ਸਭ ਤੋਂ ਵੱਡੀ ਐਡ ਸਾਡੀ ਹੈ। ਲੱਗਦਾ ਹੈ ਰਾਤ ਹੋ ਗਈ, ਉੱਲੂ ਆਵਾਜ਼ ਕਰ ਰਹਾ ਹੈ, ਅੱਧ ਹੋ ਗਈ ਯਾਰ, ਅੱਧ ਹੋ ਗਈ, ਮਤਲਬ ਜਿੰਨਾ ਤੋਂ ਚੱਕ ਕੇ ਪਾਈ ਹੋਈ ਹੈ ਉਹਨਾਂ ਦਾ ਲੋਗੋ ਤੱਕ ਵਿੱਚ ਆ ਰਿਹਾ, ਇਨਵੈਟੋ ਕਰਕੇ ਕੋਈ ਐਪ ਹੈ। ਠੀਕ ਹੈ, ਐਡ ਚੱਲ ਰਹੀ, ਤੁਸੀਂ ਦਿਖਾ ਰਹੇ ਹੋ ਇਕੱਲੀ ਇਕੱਲੀ ਚੀਜ਼ ਕਿ ਇਕੱਲਾ ਇਕੱਲਾ ਐਪ, ਇਕੱਲਾ ਇਕੱਲਾ ਫੋਨ ਸਾਡਾ, ਇਕੱਲੀ ਇਕੱਲੀ ਘੜੀ, ਸਾਰਾ ਕੁਛ ਸਾਡਾ, ਇੱਦਾਂ ਔਫ ਤਾਂ ਮੇਰਾ 38 ਦਾ, 28 ਤਾਂ ਮਿਲ ਰਿਹਾ, ਰੋਨੋ ਓਪੋ ਰੈਨੋ 8T 5G। ਅਦੋ ਕਿੰਨੀ ਲੰਬੀ ਦੇਰ, ਇੰਨੀ ਲੋੜ ਵੀ ਹੈ ਇਸ ਚੀਜ਼ ਨੂੰ ਪੜ੍ਹਨ ਦੀ, 30-30 ਸਕਿੰਟ ਹਰ ਇੱਕ ਚੀਜ਼ ਨੂੰ ਦੇ ਰਹੇ ਐਡਾ ਐਡਾ। ਠੀਕ ਹੈ, ਆਈ ਡੋਂਟ ਥਿੰਕ ਸੋ ਕਿ ਇੰਨੀ ਜ਼ਰੂਰਤ ਹੈ ਸੀ ਇਸ ਚੀਜ਼ ਦੀ। ਅੱਗੇ ਦਿਖਾਉਂਦਾ ਤੁਹਾਨੂੰ 1 ਮਿੰਟ ਦਾ, ਹੁਣ ਤੁਹਾਨੂੰ ਸਾਰਾ ਮਜ਼ਾ ਆਊਗਾ ਦੇਖ ਕੇ ਫਲਿੱਪਕਾਰਟ ਦੇ। ਬਸ ਇੱਕ ਸੀਗਾ ਇਹਨਾਂ ਨੂੰ ਕੰਮ ਕਿ ਇਹਨਾਂ ਨੇ ਐਡ ਵੱਡੀ ਕਰਨੀ ਹੈ ਜਿਵੇਂ ਮਰਜ਼ੀ। ਵਾਏ ਗਾਇਜ਼ ਵਾਏ, ਕਿਤੇ ਗਦੇ ਦੌੜ ਰਹੇ ਹੈ, ਕਿਤੇ ਮਤਲਬ ਕਿਤੇ ਕੋਈ ਫੇਸਿਸ ਬਣ ਰਹੇ ਹੈ, ਕਿਤੇ ਗੰਦੇ ਗੰਦੇ ਟਿਊਨਰ ਆਈਆਂ ਹੋਈਆਂ ਨੇ, ਵਾਏ, ਮਤਲਬ ਮੈਂ ਪੁੱਛਣਾ ਚਾਹੂੰਗਾ ਵਾਰ ਵਾਰ ਕਿ ਕਿਉਂ ਚੱਲ ਰਿਹਾ। ਠੀਕ ਹੈ, ਕਿਉਂਕਿ ਐਡ ਤਾਂ ਆਪਾਂ ਨੋਰਮਲੀ ਵੈਸੇ ਵੀ ਜਾ ਕੇ ਉੱਥੇ ਦੇਖ ਸਕਦੇ ਹਾਂ ਯਾਰ ਐਪ 'ਤੇ, ਸਾਨੂੰ ਅਨਪੜ੍ਹ ਤਾਂ ਹੈ ਨਹੀਂ ਆਪਾਂ, ਹੈ ਨਾ, ਬਟ ਚਲੋ ਕੋਈ ਗੱਲ ਨਹੀਂ, ਇਕੱਲੀ ਇਕੱਲੀ ਐਡ ਦਿਖਾਉਣ ਦੀ ਲੋੜ ਨਹੀਂ ਸੀ, ਦਿਖਾ ਦਿੰਦੇ ਕਿ ਫੋਨ ਆ ਜਾਂ ਕੁਛ। ਆਹ ਦੇਖਿਓ, ਚਲੋ ਜੀ ਹਾਂ, ਇੰਨਾ ਜ਼ਰੂਰ ਹੈ ਕਿ ਸੇਲ ਵਧੀਆ ਚੱਲ ਰਹੀ ਹੈ, ਚੈੱਕ ਕਰਿਓ ਜਾ ਕੇ ਸਾਰੇ ਜਾਣੇ, ਅਤੇ ਇਟਸ ਨਾਈਸ, ਬਟ ਥੋੜ੍ਹਾ ਇੰਨਾ ਜ਼ਰੂਰ ਸੀਗਾ ਕਿ ਇੰਨਾ ਨੂੰ ਐਡਾ ਕੁਛ ਕਰਨ ਦੀ ਲੋੜ ਨਹੀਂ ਸੀ, ਬਟ ਚਲੋ ਉਹਨਾਂ ਨੇ ਆਪਣਾ ਰਿਕਾਰਡ ਰਿਕੂਰਡ ਬਣਾਉਣਾ ਹੋਊਗਾ ਕੋਈ, ਠੀਕ ਹੈ, ਬਟ ਇਟ ਵਾਸ ਹਿਲੇਰੀਅਸ, ਕੌਮੇਡੀ ਵਾਲੀ ਚੀਜ਼, ਹਿਊਮਰ ਜਿਹਾ ਬਣਾਈ ਹੈ, ਬੱਚਿਆਂ ਟਾਈਪ ਬਣਾਈ ਹੈ,
ਪਤਾ ਨਹੀਂ ਕਿਵੇਂ ਬਟ ਕੁਛ ਤਾਂ ਸੋਚ ਕੇ ਬਣਾਈ ਹੈ ਇਹਨਾਂ ਦਾ ਐਡੀਟਰ। ਫਿਰ ਮੈਂ ਟੀਮ ਨਾਲ ਗੱਲ ਕਰਨਾ ਚਾਹੂੰਗਾ ਇਹਨਾਂ ਦੀ ਨਾ ਕੀ ਕਰ ਰਹੇ ਹੋ। ਚਲੋ ਬਾਕੀ ਇੱਦਾਂ ਹੀ ਦੇਖਦੇ ਰਹੋ। ਸਤਿ ਸ਼੍ਰੀ ਅਕਾਲ।